What's up everyone? Hope everyone is doing absolutely fine. We are on the way to Dalhousie. I am with three of my musketeers friends, Gurpreet, Manpreet and me. ਭਾਜੀ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਇੱਧਰ ਆ ਕੇ? ਬਹੁਤ ਵਧੀਆ ਭਾਜੀ, ਬਹੁਤ ਇੰਜੋਏ ਕਰ ਰਹੇ ਹਾਂ। ਬਹੁਤ ਵਧੀਆ, ਬਹੁਤ ਵਧੀਆ ਵੈਦਰ ਹੈਗਾ ਭਾਜੀ। ਆ ਗਿਆ ਨਾ ਇਕੱਠੇ, ਦੇਖਿਓ ਕਿਤੇ ਹੋਰ ਹੀ ਉਹਦਾ ਤੁਹਾਡਾ ਹੀ ਨਾ ਸਮਾਨ ਹੋਵੇ। ਪਾਰਲੇ ਜੀ ਦੇ ਲੈ ਕੇ ਆਉਂਦੇ ਨਾਲ ਹੀ ਪਾਰਲੇ ਜੀ ਮੇਰਾ ਬੱਚੇ ਵੀ ਆਏ ਇਹ ਬੱਚੇ ਆ ਪਾਰਲੇ ਜੀ ਹੁਣ ਖਾ ਕੇ ਥੋੜੇ ਬਹੁਤ ਵੱਡੇ ਹੋਣਗੇ ਨਾ। ਦਿਲ ਮਾਂਗੇ ਮੋਰ, ਦਿਲ ਮਾਂਗੇ ਮੋਰ। ਗੱਡੀ ਖੁੱਲੀ ਵਿੱਚ ਮੁੜ ਕੇ ਅੰਦਰ ਵੜਿਆ ਯਾਰ। ਅੰਦਰ ਹੈਗਾ ਬੰਦ ਕਰੋ ਵੈਸੇ ਕਰਦੇ ਇੱਧਰ। ਹੋਰ ਨੀ ਮਿਲਣੇ ਹੁਣ, ਹੋਰ ਤਾਂ ਵੈਸੇ ਸਾਡੇ ਖਾਣ ਜੋਗੇ ਨੀ ਰਹੇ। ਤੁਹਾਨੂੰ ਦਵਾਤੇ ਆ ਤੁਹਾਨੂੰ ਹਟੀ ਠੰਡ ਲੱਗ ਰਹੀ ਹੈ ਇੰਨੀ, ਪਰ ਪਈ ਹੋਈ ਹੈ ਅੱਤ ਨੀ, ਬਰਫ਼ ਪਈ ਹੋਈ ਹੈ ਬੜੇ ਨਾਲ ਟੱਕੇ ਹੋਏ। ਆਪਾਂ ਬਰਫ਼ ਤੋਂ ਨੀ ਡਰਦੇ, ਟੀ ਸ਼ਰਟ ਅੱਧੀ ਬਾਂਹਦੀਆਂ ਪਾ ਕੇ ਨਜ਼ਾਰੇ ਲੈ ਰਹੇ ਹਾਂ। ਬਿਲਕੁਲ ਪਹਿਲੇ ਨਜ਼ਾਰੇ ਤੁਹਾਨੂੰ ਆਪਾਂ ਬਰਫ਼ ਦਿਖਾਉਂਦੇ ਹਾਂ, ਭਾਰਤ ਦੀ ਕਿੰਨੀ ਆ। ਕਾਲੀ ਬਰਫ਼ ਪੈਂਦੀ ਹੈ, ਹਾਂਜੀ ਭਾਜੀ ਕੀ ਹੈ? ਬਲੈਕ ਸਨੋ ਆ ਬਾਈ, ਤਾਂ ਕਰਕੇ ਕੈਮਰੇ ਹੀ ਨੀ ਆ ਰਹੀ, ਵਾਈਟ ਵੀਡੀਓ ਕੈਮਰੇ ਪੈ ਜਾਂਦੀ ਆ। ਅੱਛਾ, ਮਿੰਨੀ ਸਿਟੀ ਜਾਂ ਲੈਣ ਨੂੰ ਜਾਂਦੇ ਹੋਏ ਆਉਂਦੀ ਹੈ ਬਲੈਕ, ਜਿੱਥੇ ਬਲੈਕ ਸਨੋ ਪੈਂਦੀ ਹੈ ਜੀ। ਯੈਲੋ 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 ਬੜੀ ਠੰਡ ਆ, ਬੜੀ ਜ਼ਿਆਦਾ, ਬੜੀ ਜ਼ਿਆਦਾ, ਬੜੀ ਬੜੀ ਜ਼ਿਆਦਾ ਠੰਡ ਹੈ, ਇੰਨੀ ਠੰਡ, ਬਹੁਤ ਇੰਨੀ ਠੰਡ ਕੇ ਪਸੀਨਾ ਨਹੀਂ ਆ ਰਿਹਾ ਅਜੇ, ਬਹੁਤ ਦੇਰ ਤੱਕ ਆਏਗਾ। ਗਰਮ ਹੁੰਦੀ ਹੈ ਨਾ, ਆਪਾਂ ਬਰਫ਼ ਦੀ ਤਸੀਰ ਗਰਮ ਹੁੰਦੀ ਨਾ, ਇਹਦਾ ਸਨੋ ਗਰਮ ਹੁੰਦੀ ਹੈ। ਠੀਕ ਆ, ਬਹੁਤ ਬਰਫ਼ ਗਿਰੀ ਪਈ ਹੈ, ਗੱਡੀਆਂ ਬਹੁਤ ਖੋਲੀ ਅੱਗੇ ਜਾਣ ਚ। ਦੇਖੋ ਗੱਡੀਆਂ ਦੇ ਉੱਤੇ ਵੀ ਡਿੱਗੀ ਹੋਈ ਆ, ਪਰ ਦੇਖਦੀ ਨਹੀਂ। ਠੰਡ ਲੱਗ ਰਹੀ, ਦਿਮਾਗ ਜੰਮ ਜਾਂਦਾ। ਆਈਲੈਟਸ ਇਹਨਾਂ ਦੇ ਨੋ ਬੈਂਡ ਆਇਆ, ਫਿਰ ਵੀ ਅਨਵਿਜ਼ੀਬਲ ਆ। ਨੋ ਬੈਂਡ ਆ ਕੇ ਨਾ ਬੈਂਡ ਆਇਆ ਕੇ ਨੋ ਬੈਂਡ ਆਇਆ, ਨੋ ਬੈਂਡ ਆ, ਕੋਈ ਬੈਂਡ ਹੀ ਨਹੀਂ ਆਇਆ ਭਾਜੀ। ਬੈਂਡ ਆਪਾਂ ਬਾਜੂ ਨੂੰ ਲੈ ਕੇ ਜੰਗ ਲੈ ਕੇ ਆਂਦੇ ਆ ਪਹਾੜੀਆਂ ਨਾ। ਹਾਂਜੀ, ਉਹਨਾਂ ਦੇ ਬੰਦੇ ਚੜ ਜਾਂਦੇ ਆ। ਹਾਂਜੀ ਭਾਜੀ ਕੀ ਕਰ ਰਹੇ ਹੋ? ਵਧੀਆ, ਪਹਾੜੀਆਂ ਜਿਹੜੀਆਂ ਹੈਗੀਆਂ ਨਾ, ਹਾਂਜੀ, ਇਹਨਾਂ ਦੇ ਵੇਖ ਲਓ ਬੰਦੇ ਚੜ ਜਾਂਦੇ ਆ। ਅੱਛਾ, ਸਟੈਪ ਬਣਾ ਲੈਂਦੇ ਆ। ਹਾਂ, ਸਟੈਪ ਬਾਏ ਸਟੈਪ ਚੱਲੇ ਜਾਂਦੇ ਨੇ ਤੇ ਉੱਪਰ ਪਹੁੰਚ ਜਾਂਦੇ ਆ। ਅੱਛਾ, ਇਹਨਾਂ ਦੇ ਵੇਖ ਆਪਾਂ ਦੇਖਿਆ ਕਰਕੇ ਫਿਰ ਆਪਾਂ ਵੀ ਟਰਾਈ।
ਤੇ ਦੇਖ ਕੇ ਚੱਲਣਾ ਪੈਣਾ ਬਹੁਤ ਹੀ ਸੰਘਣਾ ਰਸਤਾ ਡਿਸਕਵਰੀ ਚੈਨਲ ਵਾਲੇ ਲੱਗ ਡਿਸਕਵਰੀ ਚੈਨਲ ਹਮ ਉੱਪਰ ਜਾ ਰਹੇ ਹੈ ਹੋਰ ਚਲੋ ਹੋਰ ਹੀ ਖਤਰਨਾਕ ਰਸਤਾ ਹੈ ਇਹ ਦੇਖੋ ਇੱਧਰ ਜਾਣਾ ਕਿ ਇੱਧਰ ਜਾਣਾ ਦੇਖਣਾ ਪੜੇਗਾ ਹਿੰਦੀ ਮੈਂ ਬੋਲੀਏ ਆਜੋ ਭਾਜੀ ਮੈਂ ਕਿਹਾ ਹਿੰਦੀ ਮੈਂ ਬੋਲੀਏ ਕਹਿੰਦੇ ਆਜੋ ਆਜੋ ਵੈਰੀ ਨਾਈਸ ਪਲੇਸ ਇਟਸ ਲਾਈਕ ਨਾਰਥ ਅਮਰੀਕਾ ਵੀ ਆਰ ਟਰੈਵਲਿੰਗ ਇਨ ਸ਼ਿਕਾਗੋ ਮਨਪ੍ਰੀਤ ਭਾਜੀ ਕੰਪਲੇਂਟ ਕਰਦੇ ਹੋਏ ਕਿ ਬਹੁਤ ਹੀ ਜ਼ਿਆਦਾ ਗੰਦ ਹੈ ਯਹਾਂ ਪੇ ਕਿਉਂ ਖਰਾਬ ਕਰ ਰਹੇ ਨੇ ਭਾਜੀ ਜਾਂ ਤਾਂ ਹਿੰਦੀ ਬੋਲ ਲਈਏ ਜਾਂ ਪੰਜਾਬੀ ਬੋਲ ਲਈਏ ਜੰਗਲ ਮੈਂ ਮੰਗਲ ਅੱਗ ਲੱਗੀ ਹੋਈ ਹੈ ਨਾ ਅੱਖਾਂ ਨੂੰ ਵੈਰੀ ਨਾਈਸ ਪਲੇਸ ਉਹ ਟੌਪ ਤੇ ਜਾ ਕੇ ਹੋਣਾ ਆਪਾਂ ਆਇਓ ਥੱਲੇ ਕਰ ਲੈਣਾ ਸਾਹ ਚੜ ਗਿਆ ਪੈ ਤਾਂ ਜਿੰਮ ਨਹੀਂ ਰਾਈਦਾ ਆਪਾਂ ਯਾਰ ਤੁਸੀਂ ਸਿੰਗਲ ਆਡੀ ਇਹੀ ਡਬਲ ਆਡੀ ਉਹ ਸਿੰਗਲ ਵਾਲਿਆਂ ਨੂੰ ਸਾਹ ਚੜਿਆ ਡਬਲ ਵਾਲੇ ਕੀ ਕਰਨੇ ਓਏ ਆ ਜਾਓ ਕਰਦੇ ਆ ਚਲੋ ਚਲੋ ਭਾਜੀ ਲੈ ਕੇ ਕਿੱਥੇ ਜਾ ਰਹੇ ਹੋ ਕੀ ਭਾਜੀ ਬਲੈਕ ਸਨੋ ਤਾਂ ਦਿਖਾ ਦੋ ਲੋਕਾਂ ਨੂੰ ਕੀ ਦਿਖਿਆ ਬਲੈਕ ਸਨੋ ਕਿਤੇ ਬਲੈਕ ਸਨੋ ਦਿਖਾਓ ਸਰ ਬਲੈਕ ਸਨੋ ਦੇਖੋ ਕਿੰਨੀ ਗਰਮ ਹੈ ਗਰਮ ਛੱਡ ਦੋ ਹੱਥ ਸੜ ਜਾਂਦਾ ਓ ਭਾਈ ਬਹੁਤ ਗਰਮ ਹੈ ਬਾਲੀ ਜਿਆਦਾ ਗਰਮ ਹੈ ਗੱਡੀ ਦੇ ਕਿਤੇ ਉਹ ਦੇਖੜੀ ਕਿੱਥੇ ਆਵੇ ਜਹਾਜ ਏਦਾਂ ਪਹਾੜੀਆਂ ਤੇ ਜਾਂਦੇ ਲੋਕ ਕਿੱਦਾਂ ਜਾਂਦੇ ਭਾਜੀ ਏਦਾਂ ਹਾਂਜੀ ਫਲਮਾ ਵਾਂਗੂ ਕਿਤੇ ਰੋਡ ਹੁੰਦੇ ਰਹਿ ਜਾਈਏ ਚੜ੍ਹਨਾ ਸੌਖਾ ਅੱਛਾ ਜੀ ਉਤਰਨਾ ਔਖਾ ਕਿੱਥੇ ਆ ਗਏ ਆਪਾਂ ਆ ਜਾਓ ਤੁਸੀਂ ਭੈ ਜਾਓ ਉਹੀ ਗੱਲਾਂ ਕਰ ਰਹੇ ਪਹਾੜੀ ਥਾਣੀ ਨੀ ਜਾਣਾ ਮੇਰੀ ਥੱਲੇ ਕਾਰ ਖੜੀ ਆ ਉਹ ਕਿੱਧਰ ਗਿਆ ਭਾਜੀ ਤੁਸੀਂ ਭਾਜੀ ਕਿੱਦਾਂ ਜਾਣਾ ਹੋਟਲ ਸੀ ਕੀ ਉਧਰੋਂ ਨੀ ਮਿਲਦੇ ਆ ਹੈਗਾ ਵੀ ਆ ਦੇਖ ਲਓ ਮਾੜੀ ਨਿਗਾਹ ਮਾਰ ਲਓ ਉਹ ਗਵਾਚ ਗਿਆ ਭਾਜੀ ਕਿੱਥੇ ਗਿਆ ਉਹ ਬਿੱਲੀ ਚੌਂਕ ਤੋਂ ਜਵਾਨ ਗਵਾਚ ਗਿਆ ਉਹ ਭਾਈ ਮਨਪ੍ਰੀਤ ਸਿੰਘ ਜੀ ਆਂਟੀ ਨੇ ਕਹਿਣਾ ਮੁੰਡੇ ਨੂੰ ਲੈ ਗਿਆ ਨਾਲ ਇਹ ਆ ਖੂਬਸੂਰਤ ਵਾਦੀਆਂ ਡਲਹੌਜ਼ੀ ਕੀ ਬਹੁਤ ਹੀ ਸੁਹਾਣਾ ਮੌਸਮ ਔਰ ਬਹੁਤ ਹੀ ਬੜੀਆ ਕੰਪਨੀ ਮੇਰੇ ਸਾਥ ਮੈਂ ਔਰ ਗੁਰਪ੍ਰੀਤ ਭਾਜੀ ਮਨਪ੍ਰੀਤ ਭਾਜੀ ਬਹੁਤ ਅੱਗੇ ਉਹ ਅੱਗੇ ਉਹ ਭਾਜੀ ਆਂਟੀ ਨੇ ਕਹਿਣਾ ਮੁੰਡੇ ਨੂੰ ਲੈ ਗਿਆ ਇੱਕ ਮਿੰਟ ਭਾਜੀ ਉੱਥੇ ਰਹੋ ਹਨਾ ਮੁੰਡੇ ਨੂੰ ਲੈ ਗਿਆ ਨਾਲ ਪਤਾ ਨੀ ਕਿਹੜੀ ਪਹਾੜੀ ਤੇ ਚਾੜ ਦਿੱਤਾ ਰਿਆਂ ਦੱਟਾ ਭਾਜੀ ਆਹ ਬੰਦਾ ਸਾਨੂੰ ਟੌਪ ਤੇ ਲੈ ਕੇ ਆਇਆ ਜ਼ਬਰਦਸਤੀ ਸਵਾਦ ਹੀ ਆ ਗਿਆ ਭਾਈ ਮਿੱਠੀ ਹੈ ਖੱਟੀ ਹੈ ਹੈ ਠੰਡੀ ਆ ਸਵਾਦ ਆ ਗਿਆ ਨਾ ਠੰਡੀ ਹੈ ਭਾਜੀ ਠੰਡੀ ਦਾ ਸਵਾਦ ਭਾਜੀ ਕਹਿੰਦੇ ਬਸ ਇੱਦਾਂ ਦੀ ਹਵਾਵਾਂ ਤੋਂ ਬਚੋ ਜਿੰਨਾ ਬਚ ਹੁੰਦਾ ਬਚੋ ਪੁੱਛੋ ਕਿਉਂ ਗਰਮੀ ਬਹੁਤ ਹੈ ਕਿਉਂਕਿ ਥੱਲੇ ਗਰਮੀ ਬਹੁਤ ਹੈ ਇਹਨੂੰ ਬਸ ਇੱਕ ਹੀ ਬੰਦਾ ਬੇਅਰ ਕਰ ਸਕਦਾ ਉਹ ਆਖੜਾ ਬਿੱਲੀ ਚੌਂਕ ਤੋਂ ਮਨਪ੍ਰੀਤ ਸਿੰਘ ਆਹ ਬੰਦਾ ਨੀ ਮੰਨਦਾ ਕਿਸੇ ਨੂੰ ਸਾਨੂੰ ਥੱਲੋ ਦੀ ਪੱਥਰਾਂ ਦੇ ਨਾਲ ਪਹਾੜਾਂ ਦੇ ਨਾਲ ਪੂਰਾ ਵੈਰ ਆ ਜੀ ਫਾਇਦਾ ਤੇ ਫੇਰ ਹੀ ਆਇਆ ਦਾ ਅਜੇ ਸਾਰਾ ਕੁਝ ਦੇਖਿਆ ਚੰਗੀ ਇਹ ਬੰਦਾ ਭਾਜੀ ਹਾਂਜੀ ਪਹਾੜਾਂ ਦੇ ਨਾਲ ਫੁੱਲ ਵੈਰ ਸਭ ਤੋਂ ਪਿਆਰ ਵੈਰ ਨਹੀਂ ਪਿਆਰ ਹੈ ਵੈਰ ਮਤਲਬ ਕਿ ਮੈਂ ਤੇਰੇ ਉੱਤੇ ਚੜ੍ਹਨਾ ਅੱਛਾ ਤੇ ਚੜ੍ਹਨਾ ਹੀ ਚਾਹਣਾ ਇਹ ਬੰਦਾ ਜੋ ਹੋ ਜਾਏਗਾ ਨਾ ਪਾਣੀ ਵਾਸਤੇ ਹਾਂਜੀ ਪਾਈਪ ਲਾਈਨ ਤੇ ਵਜਾਈ ਹੋਈ ਆ ਭਾਜੀ ਰੋਡ ਦਿਖਾਓ ਜਿੱਥੋਂ ਆਪਾਂ ਆਏ ਥੱਲੇ ਰੋਡ ਭਾਜੀ ਬਹੁਤ ਜ਼ਿਆਦਾ ਜ਼ੂਮ ਭਾਜੀ ਤੁਸੀਂ ਅੱਗੇ ਆ ਕੇ ਦਿਖਾਓ ਥੋੜਾ ਇਸ਼ਾਰਾ ਕਰੋ ਭਾਜੀ ਆਪਣੀ ਕਾਰ ਸਾਹਮਣੇ ਤੁਹਾਨੂੰ ਦੂਰ ਦਿਖਦੀ ਹੋਣੀ ਆ ਮੈਂ ਜ਼ੂਮ ਕਰ ਰਿਹਾ ਇੱਥੋਂ ਦੇਖੋ ਭਾਜੀ ਉਹ ਸੜਕ ਦਿਸ ਰਹੀ ਹੈ ਦੇਖੇ ਭਾਜੀ ਉੱਥੇ ਆਪਣੀ ਕਾਰ ਖੜੀ ਆ ਭਾਜੀ ਹੈਗੀ ਦੱਸਦੀ ਨੀ ਭਾਜੀ ਸਾਡੇ ਕਹਿੰਦੇ ਇੱਥੇ ਲਾਈਟ ਦੀ ਕੋਈ ਲੋੜ ਨੀ ਕੋਈ ਏਸੀ ਦੀ ਲੋੜ ਨੀ
ਅੱਛਾ ਜੀ ਇਥੇ ਮੰਜਾ ਢਾ ਕੇ ਬੰਦਾ ਜਿੱਦਾਂ ਮਰਜੀ ਮੰਜਾ ਢਾ ਕੇ ਆਪਣੀ ਚਾਦਰ ਸੀ ਯਾਰ ਇੱਥੇ ਥੋੜੀ ਦੇਰ ਲੰਮੇ ਰਹੇ ਆਪਾਂ ਰੈਸਟ ਕਰਦੇ ਆਪਾਂ ਕਿ ਪਹੁੰਚਣਾ ਕੱਲੀ ਪਹੁੰਚਣਾ ਫਿਰ ਆਪਾਂ ਬਹੁਤ ਦੂਰ ਪਹੁੰਚਣਾ ਚਲੋ ਬਈ ਓਕੇ ਸੀ ਆਪਾਂ ਚਲੋ ਪਹਾੜਾਂ ਦੇ ਰਸਤੇ ਹੀ ਡਲੋਸੀ ਪਹੁੰਚਣਾ ਆਪਾਂ ਤੈਅ ਕਰਦੇ ਆ ਤੈਅ ਕਰਦੇ ਠੀਕ ਆ ਮਿਲਦੇ ਆ ਫਿਰ ਆਪਾਂ ਬ੍ਰੇਕ ਤੋਂ ਬਾਅਦ ਠੀਕ ਹੈ ਆ ਆ ਕਿਹੜੀ ਖੋਜ ਕੀਤੀ ਆ ਇਹ ਦੇਖ ਰਹੇ ਆ ਵੀ ਇਹ ਪੱਥਰ ਆ ਜਾਂ ਮਿੱਟੀ ਆ ਇਹ ਭਾਜੀ ਸ਼ਿਲਾਜੀਤ ਲੱਭ ਰਿਹਾ ਲੈ ਇਹ ਪਾਣੀ ਹੁਣ ਮਿਲਦੀ ਵੀ ਹੈ ਨਾ ਤਾਂ ਕਰਕੇ ਸਾਡੇ ਪਰਖ ਵਾਲਾ ਬੰਦਾ ਲਿਆਂਦਾ ਜੀ ਨਾਲ ਬਹੁਤ ਹੀ ਵਿਗਿਆਨਿਕ ਭਾਜੀ ਇਹਨੇ ਬਲੈਕ ਸਨੋ ਦੇ ਵਿੱਚੋਂ ਇਦਾਂ ਲੱਭੀ ਜਿੱਦਾਂ ਮਹਿਕ ਆ ਗਈ ਹੁੰਦੀ ਹੈ ਬਲੈਕ ਸਨੋ ਆਇਆ ਕਿ ਸ਼ਿਲਾਜੀਤ ਤੁਹਾਨੂੰ ਇਹਦਾ ਕੋਈ ਡਿਫਰੈਂਸ ਨਹੀਂ ਪਤਾ ਲੱਗਣਾ ਠੀਕ ਹੈ ਕਿ ਨਹੀਂ ਜਿਹਨੂੰ ਨੌਲੇਜ ਆ ਬੰਦਾ ਉਹ ਲੱਭ ਸਕਦਾ ਹੈ ਦੇਖ ਸਕਦਾ ਹੈ ਆ ਬਲੈਕ ਸਨੋ ਆ ਆ ਸ਼ਿਲਾਜੀਤ ਤੇ ਭਾਜੀ ਇਹਨਾਂ ਦੇ ਡਿਫਰੈਂਸ ਮਤਲਬ ਇੱਕ ਗੱਲ ਮੈਂ ਦੱਸ ਦਿੰਦਾ ਆ ਤੁਹਾਡੇ ਘਰਦਿਆਂ ਨੇ ਵੀ ਵੀਡੀਓ ਦੇਖਣੀ ਹੈ ਕੋਈ ਗੱਲ ਨਹੀਂ ਆ ਲੱਭਦਾ ਫਿਰਦਾ ਉੱਥੇ ਜਾ ਕੇ ਉੱਥੇ ਨਹੀਂ ਜਾਣੀ ਭਾਜੀ ਉੱਥੇ ਨਹੀਂ ਜਾਣੀ ਮਤਲਬ ਆ ਕੰਮ ਕਰਦਾ ਫਿਰਦਾ ਉੱਥੇ ਜਾ ਕੇ ਹਾਏ ਹੁਣ ਆ ਬੰਦਾ ਸਾਨੂੰ ਥੱਲੇ ਲੈ ਕੇ ਚੱਲਾ ਆ ਸਾਡੇ ਮਨਪ੍ਰੀਤ ਭਾਜੀ ਚੜ੍ਹਨ ਦੀ ਜ਼ਿੰਮੇਵਾਰੀ ਸਾਡੇ ਸਿਰ ਸੀ ਇਹਦੀ ਤਾਰਨ ਦੀ ਜ਼ਿੰਮੇਵਾਰੀ ਸਾਡੀ ਇਹਦੇ ਸਿਰ ਠੀਕ ਹੈ ਜੀ ਚਲੋ ਫਿਰ ਲੱਭਦੇ ਭਾਜੀ ਕੀ ਲੱਭ ਰਹੇ ਹੋ ਇਹ ਭਾਜੀ ਇੱਕੋ ਇੱਕੋ ਕੀ ਹੈ ਇੱਕੋ ਪ੍ਰੈਸ਼ਰ ਇੱਕੋ ਪ੍ਰੈਸ਼ਰ ਦੋ ਪ੍ਰੈਸ਼ਰ ਨਹੀਂ ਹੈਗੇ ਦੋ ਪ੍ਰੈਸ਼ਰ ਇਹ ਵੱਡਾ ਪ੍ਰੈਸ਼ਰ ਹੈ ਛੋਟਾ ਪ੍ਰੈਸ਼ਰ ਇਹ ਬੱਚਿਆਂ ਲਈ ਇਹ ਬੱਚਿਆਂ ਦੇ ਕੰਮ ਇਹ ਵੱਡਿਆਂ ਦੇ ਕੰਮ ਠੀਕ ਹੈ ਆ ਜੰਗਲ 'ਚ ਸਾਨੂੰ ਬਾਬਾ ਲੱਭੇ ਇੱਕੋ ਪ੍ਰੈਸ਼ਰ ਫੜਾ ਰਹੇ ਇਹ ਭਾਜੀ ਇੱਕੋ ਪ੍ਰੈਸ਼ਰ ਨਹੀਂ ਇੱਕੋ ਇਹ ਭਾਜੀ ਆਪਾਂ ਆਪਣੇ ਜਲੰਧਰ ਤੋਂ ਲਵਾਂਗੇ ਤੇ ਆਪਾਂ ਨੂੰ ਮੁੱਲ ਮਿਲੇਗੀ ਹਾਂਜੀ ਇੱਥੋਂ ਆਪਾਂ ਫ੍ਰੀ ਦੇ ਵਿੱਚ ਜਿੰਨੀ ਮਰਜ਼ੀ ਮੈਂ ਕਿਹਾ ਜਿੰਨੀ ਮਰਜ਼ੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਨਜ਼ਾਰਾ ਹੋ ਗਿਆ ਓਹੋ ਇਹ ਦੋਵੇਂ ਭਾਜੀਆਂ ਨੇ ਇਹਨਾਂ ਦੋਨਾਂ ਨੇ ਪਾਏ ਜੁੱਤੇ ਮੈਂ ਪਾ ਕੇ ਆ ਗਿਆ ਚੱਪਲ ਹੁਣ ਮੇਰੀ ਲੱਗ ਰਹੀ ਚੰਗੀ ਤਰ੍ਹਾਂ ਉਤਰਨਾ ਔਖਾ ਹੋ ਰਿਹਾ ਆਹ ਦੇਖੋ ਜੀ ਆਹ ਰਸਾ ਪੂਰਾ ਘਣਾ ਜੰਗਲ ਆ ਇਹ ਜੰਗਲ ਉਤਰਦੇ ਜਾਣਾ ਹੁਣ ਸਮਝ ਨਹੀਂ ਆ ਰਹੀ ਉੱਤੋਂ ਵਾਜਾ ਮਾਰੀ ਹੈ ਭਾਜੀ ਮੈਂ ਤਾਂ ਇੱਥੇ ਹੀ ਹਾਂ ਓ ਯਾਰ ਬਹੁਤ ਔਖਾ ਉਤਰਨਾ ਇਕਦਮ ਪੂਰੇ ਬਦਲ ਬਦਲ ਉੱਡਦੇ ਨੇ ਇਸ ਤੋਂ ਅੱਗੇ ਚੱਲ ਕੇ ਹੋਰ ਵੀ ਵਧੀਆ ਮੌਸਮ ਆਏਗਾ ਅੱਗੇ ਆਪਾਂ ਤੁਹਾਨੂੰ ਸਨੋ ਹੁਣ ਜਿਹੜੀ ਦੂਸਰੇ ਵਾਈਟ ਵਾਲੀ ਸਨੋ ਦਿਖਾਵਾਂਗੇ ਪਹਿਲਾਂ ਬਲੈਕ ਸਨੋ ਖਤਮ ਹੋ ਗਈ ਅੱਗੇ ਵਾਈਟ ਸਨੋ ਵਾਲਾ ਰਸਤਾ ਸ਼ੁਰੂ ਆਹ ਦੇਖੋ ਕੀ ਬਾਤ ਹੈ ਯਾਰ ਆਹ ਇਹ ਦੇਖੋ ਪਿੱਛੇ ਆਹ ਵੇਖੋ ਠੰਡ ਪੈ ਰਹੀ ਪੂਰੀ ਭੈਣ ਜੋਰਾਂ ਤੇ ਆਪਾਂ ਇੰਨੀ ਗਰਮੀ 'ਚ ਆਏ ਆਪਾਂ ਨੂੰ ਠੰਡ ਤਾਂ ਨਹੀਂ ਲੱਗਣੀ ਗਰਮੀ ਬੜੀ ਹੈ ਗਰਮੀ ਨਿਕਲ ਜੂਗੀ ਹੋਰ ਥੋੜ੍ਹੀ ਦੇਰ ਅੱਧਾ ਘੰਟਾ ਹੋਰ ਆ ਮੇਰੇ ਹਿਸਾਬ ਨਾਲ ਪੂਰੇ 10 ਵਜੇ ਸ਼ੁਰੂ ਠੰਡ ਫੁੱਲ ਤਾਂ ਹੀ ਤਾਂ ਗੋਟੀਆਂ ਲੈ ਕੇ ਆਏ ਹਾਂ ਗੋਟੀਆਂ ਸਵੈਟਰ ਪਾ ਲਓ ਅਤੇ ਆਪਣੇ ਉਹਨੂੰ ਵੀ ਦੇਖ ਲਓ ਬਾਂਦਰੀ ਦਾ ਜੈਕਟ ਲੈ ਜਾ ਲਓ ਇਹ ਅਭੀ ਹਮ ਡਲਹੌਜ਼ੀ ਮੇਂ ਹੈ ਅਭੀ ਜਾ ਰਹੇ ਹੈ ਖਜਾਰ ਔਰ ਖਜਾਰ ਕੇ ਬਾਅਦ ਜਾਏਂਗੇ ਸੱਚ ਪਾਸ ਔਰ ਵਹਾਂ ਕਹਿਤੇ ਹੈ ਦ ਮੋਸਟ ਡੇਂਜਰਸ ਰੋਡ ਸੱਚ ਪਾਸ ਕੀ ਔਰ ਆਪਕੋ ਪੂਰਾ ਵਿਊ ਦਿਖਾਏਂਗੇ ਵਹਾਂ ਕਾ ਹਾਓ ਇਟ ਲੁਕਸ ਹਾਓ ਇਟ ਫੀਲਸ ਟੂ ਗੋ ਦੇਅਰ ਔਰ ਆਈ ਐਮ ਵਿਦ ਦ ਮੋਸਟ
ਕੀ ਕਹਿੰਦੇ ਆਪਾਂ ਡੇਅਰਿੰਗ ਪਰਸਨ ਦ ਮੋਸਟ ਡੇਅਰਿੰਗ ਪਰਸਨ ਵਿਦ ਅਸ ਸਾਨੂੰ ਹਰ ਪਾਸੇ ਲੈ ਕੇ ਜਾਂਦਾ ਹਰ ਪਾਸੇ ਕਿਹਦੇ ਲੈ ਕੇ ਜਾਂਦਾ ਮੈਂ ਤਾਂ ਡਾਇਰੈਕਟਰ ਵੀ ਚੜ ਜਾਂਦਾ ਜੀ ਡਾਇਰੈਕਟਰ ਦੇ ਨਹੀਂ ਭਰਾਵਾ ਡਾਇਰੈਕਟਰ ਤੇ ਵੀ ਚੜ ਜਾਂਦਾ ਜੀ ਨਹੀਂ ਚਲੋ ਯਾਰ ਕੁਝ ਖਾ ਲਈਏ ਫਿਰ ਲੋਕੀ ਵਿੱਚ ਹੀ ਹਾਂਜੀ ਭਾਜੀ ਹੋ ਗਈ ਡਿਸਕਸ਼ਨ ਡਿਸਕਸ਼ਨ ਤਾਂ ਹੋ ਗਈ ਹੈ ਭਾਜੀ ਆਨਲਾਈਨ ਦੇਖਿਆ ਹੁਣ ਇਸ ਟਾਈਮ ਭਾਜੀ ਆਪਾਂ ਆਨਲਾਈਨ ਦੇਖ ਯਾਰ ਖਜਾਰ ਦੇ ਵਿੱਚ ਖੜੇ ਆ ਬਹੁਤ ਵਧੀਆ ਲੱਗ ਰਿਹਾ ਠੰਡ ਲੱਗ ਰਹੀ ਹੈ ਟੀ-ਸ਼ਰਟ ਭਾਜੀ ਬਹੁਤ ਵਧੀਆ ਅੱਛਾ ਚਾਹ ਵਾਲੇ ਦਾ ਕੀ ਡਿਸਕਸ਼ਨ ਹੋ ਰਹੀ ਤੁਹਾਡੀ ਚਾਹ ਵਾਲੇ ਨੂੰ ਭਾਜੀ ਚਾਹ ਬਣ ਨੂੰ ਹਾਂ ਸੋਚਦੇ ਪਏ ਵੀ ਚਾਹ ਨੂੰ ਮੈਂ ਉਹਨੂੰ ਪੁੱਛ ਰਿਹਾ ਕਰ ਯਾਰ ਕੱਲ ਨੂੰ ਪੜੀ ਸੀ ਭਾਜੀ ਪੀਵਾਂਗੇ ਮੋਰਨਿੰਗ ਕੀ ਭਾਜੀ ਹਾਂ ਸਹੀ ਕਹਿ ਰਹੇ ਇਹ ਬੱਕਰੀ ਦਾ ਦੁੱਧ ਆਪਾਂ ਇਸ ਕਰਕੇ ਬੱਕਰੀ ਦੇ ਅੰਡੇ ਲੈ ਆਂਦੇ ਆ ਅੱਛਾ ਜਿੱਦਣ ਬੱਕਰੀ ਨਿਕਲ ਰਿਹਾ ਜੀ ਹਾਂ ਬੱਚਾ ਦੇਤਾ ਇਹਨੇ ਅੱਛਾ ਤੇਰੇ ਤੁਹਾਡਾ ਉਮਰ ਮਹੀਨੇ ਤੋਂ ਮਹੀਨੇ ਤੱਕ ਜਵਾਨ ਹੋ ਗਈ ਬੱਕਰੀ ਆ ਬੱਕਰੀ ਵਾਲਾ ਦੁੱਧ ਪੀਣਾ ਫਿਰ ਅੱਗੇ ਆਣ ਤੋਂ ਅੱਗੇ ਲੀਟਰ ਵਿਕਦਾ ਨਾਲੇ ਵੇਚਾਂਗੇ ਹਾਂ ਜੇ ਬਣੀ ਆ ਠੰਡੀ ਨਾ ਹੋ ਜਵੇ ਮੋੜੀ ਫੇਰ ਪਾ ਲਓ ਯਾਰ ਵਿੱਚ ਕੋਈ ਫਿਰਾਂਗੇ ਚਾਹੇ ਮੈਂ ਕੀ ਆਮਲੇਟ ਕਣਕ ਦੇ ਦਾਣੇ ਜਿਹੜੇ